ਲੱਭਣ ਤੇ ਰੱਬ ਵੀ ਮਿਲ ਜਾਂਦਾ, ਕੰਮ ਕਿੱਡੀ ਕੀ ਗੱਲ ਆ। ਕੰਮ ਦਾ ਇਸ ਵੇਲੇ ਕਾਫੀ ਡਿਫੀਕਲਟ ਹੋਇਆ ਪਿਆ, ਜਿਵੇਂ ਕਿ ਕੰਮ ਹੈ ਹੀ ਨਹੀਂ ਆਲਮੋਸਟ, ਜਾਂ ਜਿਹੜਾ ਬੰਦਿਆਂ ਨੂੰ ਮਿਲਦਾ ਵੀ ਪਿਆ ਉਹਨਾਂ ਨੂੰ ਸਿਰਫ ਰੈਫਰੈਂਸ 'ਤੇ ਮਿਲਦਾ ਪਿਆ ਆ। ਅਤੇ ਹੁਣ ਜਿੱਦਾਂ ਮੈਨੂੰ 4 ਦਿਨ ਕਾਲਜ ਜਾਣਾ ਪੈਂਦਾ, ਉਹਦੇ ਹਿਸਾਬ ਨਾਲ ਤਾਂ ਮੈਂ ਸਿਰਫ ਪਾਰਟ ਟਾਈਮ ਜੋਬ ਕਰ ਸਕਦਾ, ਉਹ ਵੀ 2 ਦਿਨ ਵੀਕਐਂਡ। ਅਤੇ ਜਿਸ ਹਿਸਾਬ ਦਾ ਹੁਣ ਹਾਲ ਆ ਇੱਥੇ, ਵੀਕਐਂਡ ਜੋਬ ਤਾਂ ਮਿਲਦੀ ਨਹੀਂ। ਹੁਣ ਭਾਅ ਜੀ ਸਾਨੂੰ ਆਇਆਂ ਨੂੰ ਸਾਰਿਆਂ ਨੂੰ ਆਲਮੋਸਟ 2-3 ਮਹੀਨੇ ਇੰਨਾ ਕੀ ਹੋਇਆ ਸਾਰਿਆਂ ਨੂੰ ਟਾਈਮ, ਹੈ ਨਾ, ਜਿਹੜੇ ਇਸ ਇੰਟੇਕ 'ਚ ਆਏ ਆ। ਹੁਣ ਇਹ ਹੈ ਵੀ ਉਹਨਾਂ ਦਾ ਹੁਣ ਐਕਸਪੀਰੀਅੰਸ ਕਿੱਥੋਂ ਹੋਊਗਾ? ਉਹ ਮੰਗਦੇ ਸਾਲ ਸਾਲ ਦਾ ਐਕਸਪੀਰੀਅੰਸ ਮੰਗਦੇ ਆ। ਜਿੰਨੇ ਏਜੰਸੀਆਂ ਵਾਲੇ ਗਰੁੱਪ ਆ, ਜਿੰਨੇ ਇੰਸਟਾਗ੍ਰਾਮ ਪੇਜ ਆ, ਸਾਰੇ ਜੋਬ ਦੇ ਥੱਲੇ ਇਹੀ ਲਿਖ ਜਾਂਦੇ ਆ, ਨੋ ਸਟੂਡੈਂਟਸ। ਟਿਮ 'ਤੇ ਵੀ ਚੱਲੇ ਹਾਂ ਅਸੀਂ, ਕੋਈ ਚੀਜ਼ ਲੈਣ ਲੱਗੇ ਪਹਿਲਾਂ 36 ਵਾਰੀ ਸੋਚੀ ਦਾ ਵੀ ਯਾਰ ਕਿ ਕਿਵੇਂ ਕੱਲ੍ਹ ਸਰਵਾਈਵ ਵੀ ਕਰਨਾ ਹੈ, ਹੈ ਨਾ, ਕਿ ਜੇ ਕੀ ਪਤਾ ਕੰਮ ਕਿੰਨੀ ਦੇਰ ਨਹੀਂ ਮਿਲਣਾ। ਹੁਣ ਰੀਲਾਂ ਦੇ ਇੰਸਟਾਗ੍ਰਾਮ 'ਤੇ ਜੋ ਤੁਹਾਨੂੰ ਦਿਖਾਇਆ ਜਾਂਦਾ ਉਹ ਸੱਚ ਨਹੀਂ ਗਾ, ਠੀਕ ਆ, ਵੀ ਮੁੰਡੇ ਗੱਡੀਆਂ ਦੇ ਘੁੰਮ ਰਹੇ ਆ ਜੇ, ਨਜ਼ਾਰੇ ਕਰ ਰਹੇ ਆ, ਵੀ ਉਹਨਾਂ ਤੁਹਾਨੂੰ ਉਹ ਕਦੀ ਚੀਜ਼ ਨਹੀਂ ਦਿਖਾਉਣੀ ਜਿਹੜਾ ਉਹ ਕੰਮ ਕਰਦੇ, ਜਿਹੜਾ ਇੰਨੀਆਂ ਸ਼ਿਫਟਾਂ ਕਰਦੇ, ਜਿਹੜਾ ਉਹ ਡਿਪਰੈਸ ਰਹਿੰਦੇ ਆ। ਇੰਡੀਆ ਤੋਂ ਆ ਰਹੇ ਸਟੂਡੈਂਟਸ ਜੋਬਸ ਕਰਕੇ ਬਹੁਤ ਸਟਰਗਲ ਕਰ ਰਹੇ ਨੇ। ਇਸ ਵਾਰ ਜਿਹੜੇ ਫਰੈਸ਼ ਇਨਟੇਕ ਵਿੱਚ ਸਟੂਡੈਂਟਸ ਆਏ ਨੇ ਉਹ ਕਹਿ ਰਹੇ ਨੇ ਕਿ ਇਸ ਵੇਲੇ ਤਾਂ GIC ਨਾਲ ਕੰਮ ਚੱਲ ਰਿਹਾ, ਪਰ ਅੱਗੇ ਅੱਗੇ ਟਾਈਮ ਕਿਵੇਂ ਨਿਕਲੇਗਾ ਜੇ ਉਹਨਾਂ ਨੂੰ ਜੋਬਸ ਹੀ ਨਹੀਂ ਮਿਲਣਗੀਆਂ? ਕੰਮ ਦਾ ਇਸ ਵੇਲੇ ਕਾਫੀ ਡਿਫੀਕਲਟ ਹੋਇਆ ਪਿਆ, ਜਿਵੇਂ ਕਿ ਕੰਮ ਹੈ ਹੀ ਨਹੀਂ ਗਾ ਆਲਮੋਸਟ, ਜਾਂ ਜਿਹੜਾ ਬੰਦਿਆਂ ਨੂੰ ਮਿਲਦਾ ਵੀ ਪਿਆ ਉਹਨਾਂ ਨੂੰ ਸਿਰਫ ਰੈਫਰੈਂਸ 'ਤੇ ਮਿਲਦਾ ਪਿਆ ਆ। ਮੈਨੂੰ ਹਜੇ ਤੱਕ ਜੋਬ ਮਿਲੀ ਨਹੀਂ, ਪਰ ਇਹ ਨਹੀਂ ਕਹਿ ਸਕਦੇ ਵੀ ਉਰੇ ਜੋਬ ਨਹੀਂ ਹੈਗੀ। ਉਰੇ ਜੋਬ ਹੈਗੀ ਆ, ਬਟ ਸਟੂਡੈਂਟ ਲਈ ਜੋਬ ਨਹੀਂ ਹੈਗੀ, ਜਿਵੇਂ ਕਹਿ ਸਕਦੇ ਹਾਂ ਵੀ ਆਪਾਂ ਪਾਰਟ ਟਾਈਮ ਜੋਬ। ਹੁਣ ਫੁੱਲ ਟਾਈਮ ਇਨਰੋਲਮੈਂਟਸ ਕਈ ਕੰਪਨੀ ਕਰ ਰਹੀਆਂ ਨੇ, ਅਤੇ ਹੋਰ ਕਈ ਕੰਪਨੀਆਂ ਕਰਨਾ ਚਾਹੁੰਦੀਆਂ ਵੀ ਨੇ, ਬਟ ਜਿਹੜੇ ਪਿੱਛੋਂ ਸਟੂਡੈਂਟ ਪਹਿਲਾਂ ਕਰ ਰਹੇ ਨੇ ਉਹ ਜੋਬ ਛੱਡ ਨਹੀਂ ਰਹੇ, ਕਿਉਂਕਿ ਉਹਨਾਂ ਨੂੰ 20 ਘੰਟਿਆਂ ਤੋਂ ਉੱਪਰ ਕੰਮ ਦੀ ਅਥਾਰਟੀ ਮਿਲੀ ਹੋਈ ਆ। ਅਤੇ ਉਸ ਹਿਸਾਬ ਨਾਲ ਆਪਾਂ, ਮੇਰਾ ਇਹ ਆ ਵੀ ਆਪਾਂ ਪੜ੍ਹਾਈ ਵੀ ਨਹੀਂ ਛੱਡਣੀ, ਕਿਉਂਕਿ ਪੜ੍ਹਾਈ ਨੂੰ ਜੇ ਆਪਾਂ ਮੇਨ ਪ੍ਰਾਇਓਰਟੀ ਦੇਵਾਂਗੇ ਫਿਰ ਓਵਰ ਲੌਂਗ ਟਰਮ ਚੰਗਾ ਰਹਿੰਦਾ। ਅਤੇ ਹੁਣ ਜਿੱਦਾਂ ਮੈਨੂੰ 4 ਦਿਨ ਕਾਲਜ ਜਾਣਾ ਪੈਂਦਾ, ਉਹਦੇ ਹਿਸਾਬ ਨਾਲ ਤਾਂ ਮੈਂ ਸਿਰਫ ਪਾਰਟ ਟਾਈਮ ਜੋਬ ਕਰ ਸਕਦਾ, ਉਹ ਵੀ 2 ਦਿਨ ਵੀਕਐਂਡ। ਅਤੇ ਜਿਸ ਹਿਸਾਬ ਦਾ ਹੁਣ ਹਾਲ ਆ ਇੱਥੇ, ਵੀਕਐਂਡ ਜੋਬ ਤਾਂ ਮਿਲਦੀ ਨਹੀਂ। ਖੈਰ ਵੀਕਐਂਡ ਛੱਡੋ, ਸਮਝ ਲਓ ਜੇ ਕਿਸੇ ਹੋਰ ਨੇ ਮਤਲਬ ਵੀਕਡੇਜ਼ ਵਿੱਚ ਵੀ ਪਾਰਟ ਟਾਈਮ ਕਰਨਾ ਹੋਇਆ ਉਹ ਵੀ ਨਹੀਂ ਮਿਲਦਾ। ਜਿੰਨੇ ਏਜੰਸੀਆਂ ਵਾਲੇ ਗਰੁੱਪ ਆ, ਜਿੰਨੇ ਇੰਸਟਾਗ੍ਰਾਮ ਪੇਜ ਆ, ਸਾਰੇ ਜੋਬ ਦੇ ਥੱਲੇ ਇਹੀ ਲਿਖ ਜਾਂਦੇ ਆ, ਨੋ ਸਟੂਡੈਂਟਸ। ਸਾਰੇ ਕਹਿੰਦੇ ਵੀ ਔਨਲਾਈਨ ਅਪਲਾਈ ਕਰੋ, ਹੈ ਨਾ, ਇੰਡੀਡ 'ਤੇ ਜਾਂ ਇੱਦਾਂ, ਹੈ ਨਾ, ਕਰੀਦਾ ਅਪਲਾਈ, ਬਟ ਮੋਸਟਲੀ ਉੱਥੋਂ ਕੋਈ ਜਵਾਬ ਨਹੀਂ ਆਉਂਦਾ, ਹੈ ਨਾ, ਜਾਂ ਉਹ ਕਹਿ ਦਿੰਦੇ ਆ ਵੀ ਤੁਹਾਡੇ ਤੋਂ ਐਕਸਪੀਰੀਅੰਸ ਨਹੀਂ, ਜਾਂ ਕੋਈ ਵੀ ਰੀਜ਼ਨ ਕਰਕੇ ਵੀ ਮਿਲ ਨਹੀਂ ਰਹੀ। ਬਾਕੀ ਸਭ ਤੋਂ ਵੱਡੀ ਗੱਲ ਆ ਮੈਨੂੰ ਲੱਗਦਾ ਵੀ ਜਿਹੜਾ ਐਕਸਪੀਰੀਅੰਸ ਦਾ, ਹੁਣ ਭਾਅ ਜੀ ਸਾਨੂੰ ਆਇਆਂ ਨੂੰ ਸਾਰਿਆਂ ਨੂੰ ਆਲਮੋਸਟ 2-3 ਮਹੀਨੇ ਇੰਨਾ ਕੀ ਹੋਇਆ ਸਾਰਿਆਂ ਨੂੰ ਟਾਈਮ, ਹੈ ਨਾ, ਜਿਹੜੇ ਇਸ ਇੰਟੇਕ 'ਚ ਆਏ ਆ। ਹੁਣ ਇਹ ਹੈ ਵੀ ਉਹਨਾਂ ਦਾ ਹੁਣ ਐਕਸਪੀਰੀਅੰਸ ਕਿੱਥੋਂ ਹੋਊਗਾ? ਉਹ ਮੰਗਦੇ ਸਾਲ ਸਾਲ ਦਾ ਐਕਸਪੀਰੀਅੰਸ ਮੰਗਦੇ ਆ। ਅਸੀਂ ਇੱਕ ਦਿਨ ਦੀ ਗੱਲ ਆ, ਅਸੀਂ ਇੱਥੇ ਅੰਦਰ ਸਾਡੇ ਕਾਲਜ ਦੇ, ਹੈ ਨਾ, ਟਿਮਹਾਟਨਸ ਆ, ਅਸੀਂ ਉੱਥੇ ਪਤਾ ਕੀਤਾ ਸੀ ਕਿ ਵੀ ਸਾਨੂੰ ਕੰਮ ਚਾਹੀਦਾ, ਅਤੇ ਸਾਨੂੰ ਉੱਥੇ ਉਹ ਕਹਿੰਦੇ ਵੀ ਤੁਹਾਡੇ ਤੋਂ ਸਾਲ ਦਾ ਐਕਸਪੀਰੀਅੰਸ ਹੈਗਾ। ਅਤੇ ਮੈਂ ਕਿਹਾ ਸਾਲ ਦਾ ਐਕਸਪੀਰੀਅੰਸ ਕਿੱਥੋਂ ਹੋਊਗਾ? ਅਸੀਂ ਤਾਂ ਹੁਣੇ ਆਏ ਹਾਂ, ਨਾ, ਸਾਨੂੰ 1 ਮਹੀਨਾ ਹੋ ਗਿਆ, ਅਤੇ ਸਾਨੂੰ ਕੰਮ ਚਾਹੀਦਾ, ਬਟ ਐਕਸਪੀਰੀਅੰਸ ਸਾਡੇ ਤੋਂ ਹੈ ਹੀ ਨਹੀਂ ਕਿਸੇ ਵੀ ਕੰਮ ਦਾ, ਅਤੇ ਉਹ ਬੜਾ ਔਖਾ ਪਿਆ ਹੋਇਆ ਪਿਆ ਆ। ਸੋ ਜਿਸ ਬੰਦੇ ਕੋਲ ਰੈਫਰੈਂਸ ਆ, ਅੱਜ ਦੀ ਡੇਟ 'ਚ ਉਹਦੇ ਕੋਲ ਹੀ ਕੰਮ ਆ। ਖਰਚਾ ਹੁਣ ਜੀ GIC ਸਿਰਤੀ ਆ, ਕਈਆਂ ਦੇ ਰੈਂਟ ਉਰੇ ਹਾਈ ਨੇ, ਮੈਂ ਦੇਖੇ ਨੇ ਵੀ ਕਈ 650 ਰੈਂਟ ਦਿੰਦੇ ਨੇ, ਕੋਈ 700 ਰੈਂਟ ਦਿੰਦਾ, ਫੀਸ ਨਹੀਂ ਇਕੱਠੀ ਹੋਣੀ ਐਂਡ 'ਤੇ ਜਾ ਕੇ, ਇਹ 10 ਮਹੀਨੇ ਚੱਲੂਗਾ ਜੀ, ਇਦੂ ਬਾਅਦ ਤਾਂ ਨਹੀ�ं ਚੱਲਦਾ। ਜਿੱਦਾਂ ਮੇਰਾ ਹੁਣ $500 ਰੈਂਟ ਦਾ ਖਰਚਾ ਆ, 200 ਮੇਰਾ ਟਿਫਨ 'ਤੇ ਹੋ ਜਾਂਦਾ, ਅਤੇ ਕਹਿ ਲਓ ਵੀ ਕੁਛ ਬੰਦੇ ਟਿਫਨ ਨਹੀਂ ਵੀ ਲਵਾਉਂਦੇ, ਉਹਨਾਂ ਦੀ ਗਰੋਸਰੀਜ਼ 'ਤੇ ਉਹ ਤੋਂ 200 ਕਹਿ ਲਓ 300 ਤੱਕ ਤਾਂ ਪਹੁੰਚੀ ਜਾਂਦੀ ਗੱਲ। ਅਤੇ ਹੋਰ ਕਹਿ ਲਓ ਪ੍ਰੈਸਟੋ ਦਾ ਖਰਚਾ 150, ਜੇ ਪਾਸ ਲੈ ਲਓ 118, ਅਤੇ ਹੋਰ ਕੀ ਮਿਸਲੀਨੀਅਸ ਐਕਸਪੈਂਸਿਸ ਹੁੰਦੇ ਆ, ਇੱਧਰ ਉੱਧਰ ਕਿਤੇ ਖਰਚ ਹੋ ਜਾਂਦਾ। ਆਲ ਆਲ ਆਪਾਂ ਕਹਿ ਸਕਦੇ ਹਾਂ ਵੀ $900 to $1,000 ਤਾਂ ਖਰਚਾ ਹੁੰਦਾ ਹੀ ਆ। ਅਤੇ ਹੁਣ ਇਹ ਸਾਰਾ GIC ਤੋਂ ਨਿਕਲੀ ਜਾਂਦਾ, ਅਤੇ ਬੰਦੇ ਕੋਲ ਜੋਬ ਹੈ ਨਹੀਂ ਕਿ ਬੰਦਾ ਫੀਸ ਕਿੱਦਾਂ ਭਰੂਗਾ ਐਟ ਦੀ ਐਂਡ ਆਫ ਦਾ ਟਾਈਮ। ਕਈ ਬੰਦੇ ਹੁਣ ਜਿੱਦਾਂ ਇੰਡੀਆ ਤੋਂ ਆਉਂਦੇ ਆ, ਉਹਨਾਂ ਕੋਲ ਨਹੀਂ ਹੁੰਦਾ ਇੱਦਾਂ ਬਈ, ਉਹਨਾਂ ਦੇ ਫੈਮਿਲੀ ਬੈਕਗਰਾਊਂਡ ਇੰਨਾ ਸਟਰੋਂਗ ਨਹੀਂ ਹੁੰਦਾ, ਜਿੱਦਾਂ ਕਈ ਤਾਂ ਕਰ ਲੈਂਦੇ ਆ, ਬਟ ਕਈਆਂ ਦੇ ਨਹੀਂ ਹੁੰਦਾ। ਹੁਣ ਉਹ ਬੰਦੇ ਕਿਸ ਮੂੰਹ ਨਾਲ ਆਪਣੇ ਪੇਰੈਂਟਸ ਨੂੰ ਕਹਿਣ ਵੀ ਸਾਨੂੰ ਫੀਸ ਭੇਜ ਦਿਉ, ਜਿਹਨੇ ਪਹਿਲਾਂ ਹੀ ਕਈ ਬੰਦੇ ਤਾਂ ਕਰਜ਼ਾ ਚੱਕ ਕੇ ਭੇਜਦੇ, ਹੁਣ ਉਹ ਬੰਦੇ ਦਾ ਕੀ ਬਣੂਗਾ ਸੋਚੋ ਇੱਥੇ। ਜੇ ਤਾਂ ਕੋਈ ਬੰਦਾ ਪਿੱਛੋਂ ਸਟੇਬਲ ਆ, ਉਹਦੀ ਫੈਮਿਲੀ, ਹੈ ਨਾ, ਫਾਈਨੈਂਸ਼ੀਅਲ ਕੰਡੀਸ਼ਨ ਸਟਰੋਂਗ ਆ, ਤਾਂ ਉਹਨਾਂ ਦੀ ਫੀਸ ਦਾ ਹੋ ਜਾਂਦਾ, ਅਦਰਵਾਈਜ਼ ਬੰਦੇ ਨੂੰ ਡਰੋਪ ਬਾਰੇ ਸੋਚਣਾ ਹੀ ਪੈਂਦਾ ਵੀ ਅਸੀਂ ਡਰੋਪ ਲਾਂਗੇ ਤਾਂ ਹੀ ਫੀਸ ਕੱਢ ਪਾਵਾਂਗੇ, ਨਹੀਂ ਤਾਂ ਪੋਸੀਬਲ ਹੀ ਨਹੀਂ। ਜਿੰਨੀ ਇਨਫਲੇਸ਼ਨ ਆ, ਕਿਉਂਕਿ ਸਾਨੂੰ ਇਹੀ ਬੈਕ ਮਾਇੰਡ 'ਚ ਹੁੰਦਾ ਕਿ ਯਾਰ ਹਾਂ ਵੀ ਹੁਣ ਅਸੀਂ ਟਿਮ 'ਤੇ ਵੀ ਚੱਲੇ ਹਾਂ, ਅਸੀਂ ਕੋਈ ਚੀਜ਼ ਲੈਣ ਲੱਗੇ ਪਹਿਲਾਂ 36 ਵਾਰੀ ਸੋਚੀ ਦਾ ਵੀ ਯਾਰ ਕਿ ਕਿਵੇਂ ਕੱਲ੍ਹ ਸਰਵਾਈਵ ਵੀ ਕਰਨਾ ਹੈ, ਹੈ ਨਾ, ਕਿ ਜੇ ਕੀ ਪਤਾ ਕੰਮ ਕਿੰਨੀ ਦੇਰ ਨਹੀਂ ਮਿਲਣਾ। ਅਪਲਾਈ ਹਰ ਬੰਦਾ ਕੋਸ਼ਿਸ਼ ਆਪਣੀ ਬੈਸਟ ਕਰਦਾ ਆਪਣੇ ਵੱਲੋਂ, ਅਤੇ ਬਟ ਇੱਦਾਂ ਹੀ ਆ ਇਸ ਵੇਲੇ, ਫਿਰ ਉਹ ਬੰਦੇ ਨੂੰ ਸਟ੍ਰੈੱਸ ਵੀ ਉਸ ਚੀਜ਼ ਦਾ ਬੜਾ ਰਹਿੰਦਾ ਵੀ ਇੱਕ ਨਾਲ ਸਟੱਡੀ ਵੀ ਕਰਨੀ ਬੰਦੇ ਨੇ, ਨਾਲ ਫਿਰ ਉੱਧਰ ਵੀ ਧਿਆਨ ਰਹਿੰਦਾ ਬੈਕ ਮਾਇੰਡ 'ਚ, ਕਈ ਵਾਰੀ ਸਟੱਡੀ ਕਰਦੇ ਵੀ ਇਹੀ ਟੈਨਸ਼ਨ ਰਹਿੰਦੀ ਵੀ ਯਾਰ ਪਤਾ ਨਹੀਂ ਕਿੱਦਾਂ ਸਰਵਾਈਵ ਹੋਊਗਾ। ਜਿਹੜੇ ਸਟੂਡੈਂਟ ਸੋਚ ਰਹੇ ਆ ਹੁਣ ਕੈਨੇਡਾ ਆਉਣ ਦਾ, ਵੀ ਜਿਹੜੇ ਪਲੈਨ ਕਰ ਰਹੇ ਵੀ ਅਸੀਂ ਵੀ ਜਾਵਾਂਗੇ ਕੈਨੇਡਾ, ਵੀ ਉਹਨਾਂ ਨੂੰ ਸੋਚ ਸਮਝ ਕੇ
ਸਟੇਬਲ ਆ, ਸਭ ਕੁਛ ਉਹਨਾਂ ਦਾ ਸੈਟਲ ਆ, ਬਟ ਫਿਰ ਵੀ ਬਸ ਇਹ ਦੇਖੋ ਦੇਖੀ ਹੈ ਨਾ ਇੱਕ ਜਿਹੜੀ ਆ ਵੀ ਟਰੈਂਡ ਜਿਹਾ ਸੈੱਟ ਹੋ ਗਿਆ ਵੀ ਦੇਖੋ ਦੇਖੇ ਜਾ ਰਿਹਾ ਵੀ ਸੋਚ ਸਮਝ ਕੇ ਆਓ ਹੈਗਾ ਵੀ ਅਸਲ ਜੋ ਸੱਚ ਹੈ ਨਾ ਕੈਨੇਡਾ ਉਹ ਬਹੁਤ ਡਿਫਰੈਂਟ ਆ, ਰਿਐਲਿਟੀ ਬਹੁਤ ਡਿਫਰੈਂਟ ਆ। ਹੁਣ ਰੀਲਾਂ ਦੇ ਇੰਸਟਾਗ੍ਰਾਮ 'ਤੇ ਜੋ ਤੁਹਾਨੂੰ ਦਿਖਾਇਆ ਜਾਂਦਾ ਉਹ ਸੱਚ ਨਹੀਂ ਗਾ, ਠੀਕ ਆ, ਵੀ ਮੁੰਡੇ ਗੱਡੀਆਂ ਦੇ ਘੁੰਮ ਰਹੇ ਆ ਜੇ ਨਜ਼ਾਰੇ ਕਰ ਰਹੇ ਆ, ਵੀ ਉਹਨਾਂ ਤੁਹਾਨੂੰ ਉਹ ਕਦੀ ਚੀਜ਼ ਨਹੀਂ ਦਿਖਾਉਣੀ ਜਿਹੜਾ ਉਹ ਕੰਮ ਕਰਦੇ, ਜਿਹੜਾ ਇੰਨੀਆਂ ਇੰਨੀਆਂ ਸ਼ਿਫਟਾਂ ਕਰਦੇ, ਜਿਹੜਾ ਉਹ ਡਿਪਰੈਸ ਰਹਿੰਦੇ ਆ, ਠੀਕ ਆ, ਕਿਉਂਕਿ ਸੋਸ਼ਲ ਮੀਡੀਆ ਤੁਹਾਨੂੰ ਪਤਾ ਸਭ ਕੁਝ ਫੇਕ ਆ, ਉਹਦੇ 'ਤੇ ਬੰਦਾ ਜੋ ਉਹਦਾ ਚਿੱਲ ਲਾਈਫ ਹੈ ਸਿਰਫ ਉਹ ਸ਼ੋਅ ਕਰਦਾ। ਸੋ ਮੇਰੀ ਉਹਨਾਂ ਨੂੰ ਰਿਕੁਐਸਟ ਆ ਵੀ ਹਾਂ ਬਾਹਲਾ ਵੀ ਕਰਜ਼ਾ ਚੱਕ ਕੇ ਨਾ ਆਓ ਹੈਗਾ, ਵੀ ਇਹ ਸਾਲ ਤਾਂ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਔਖਾ, ਹੁਣ ਅਸੀਂ ਆਪ ਇਹ ਫੇਸ ਕਰਦੇ ਹਾਂ ਚੀਜ਼ਾਂ, ਹੈ ਨਾ, ਬਟ ਮੈਨੂੰ ਪਤਾ ਵੀ ਆਪਣੇ ਕੁਛ ਲੋਕ ਇਹ ਚੀਜ਼ ਨੂੰ ਨਹੀਂ ਸਮਝਦੇ, ਉਹ ਕਹਿੰਦੇ ਵੀ ਤੁਸੀਂ ਤਾਂ ਚੱਲ ਗਏ ਹੈ ਨਾ, ਤੁਸੀਂ ਵਾਪਸ ਆ ਜਾਓ, ਐਡੀ ਗੱਲ ਆ, ਬਟ ਉਹਨਾਂ ਨੂੰ ਵੀ ਇਹ ਚੀਜ਼ ਸਮਝ ਚਾਹੀਦੀ ਵੀ ਅਸੀਂ 25-30 ਲੱਖ ਲਾਇਆ, ਹੁਣ ਜਦੋਂ ਤੱਕ ਅਸੀਂ ਉਹ ਨਹੀਂ ਪੂਰਾ ਕਰਦੇ ਕਿਹੜੇ ਮੂੰਹ ਨਾਲ ਵਾਪਸ ਆ ਜਾਈਏ, ਹੈ ਨਾ, ਅਸੀਂ ਵੀ ਫਸੇ ਹਾਂ। ਪਰ ਸਾਰਿਆਂ ਲਈ ਐਵੇਂ ਤਾਂ ਨਹੀਂ ਹੈ, ਜਿਵੇਂ ਕਿ ਸਾਨੂੰ ਇੱਕ ਸਟੂਡੈਂਟ ਨੇ ਦੱਸਿਆ, ਥੋੜ੍ਹਾ ਸਮਾਂ ਲੱਗਦਾ ਹੈ ਅਤੇ ਆਪ ਘਰੋਂ ਬਾਹਰ ਜਾਣਾ ਪੈਂਦਾ, ਪਰ ਜੋਬਸ ਮਿਲ ਸਕਦੀਆਂ ਨੇ। ਆਪਾਂ ਇਹ ਕਰਦੇ ਹਾਂ ਕਿ ਇੰਡੀਡ ਵਗੈਰਾ 'ਤੇ ਆਪਾਂ ਘਰੇ ਲੱਭਦੇ ਰਹਿੰਦੇ ਹਾਂ, ਪਰ ਜੇ ਆਪਾਂ ਨੂੰ ਚਾਹੀਦਾ ਕੰਮ ਆਪਾਂ ਨੂੰ ਬਾਹਰ ਵੀ ਟਰਾਈ ਮਾਰਨੀ ਪੈਣੀ ਆ। ਹੁਣ ਮੈਂ ਬਰੈਂਪਟਨ ਤੋਂ ਜੇ ਵੇਖਾਂ ਟਰਾਂਟੋ ਆ, ਮੈਨੂੰ ਦੂਰ ਆ ਕੰਮ, ਪਰ ਮੈਂ ਤਾਂ ਵੀ ਜਾਂਦਾ ਕਿਉਂਕਿ ਕੰਮ ਹੈ ਨਹੀਂ ਆ। ਜੇ ਤੁਸੀਂ ਕਰਨਾ ਤਾਂ ਤੁਹਾਨੂੰ ਕਰਨਾ ਹੀ ਪੈਣਾ ਵਾ, ਆਪਾਂ ਘਰ ਬਹਿ ਕੇ ਇਹ ਨਹੀਂ ਲੱਭ ਸਕਦੇ ਜਾਂ ਕਿਸੇ ਨੂੰ ਤਰਲਾ ਮਾਰ ਸਕਦੇ, ਕਿਉਂਕਿ ਕੋਈ ਨਹੀਂ ਇੱਥੇ ਹੈਗਾ, ਸਾਰਿਆਂ ਨੂੰ ਆਪੋ ਆਪਣੀ ਮਤਲਬ ਦੀ ਹੈ ਨਾ, ਮਤਲਬ ਤੱਕ ਸੀਮਤ ਰਹਿੰਦੇ ਆ, ਲੱਭਣ 'ਤੇ ਤਾਂ ਰੱਬ ਵੀ ਮਿਲ ਜਾਂਦਾ, ਕੰਮ ਕਿੱਡੀ ਕੁ ਗੱਲ ਆ। ਅਤੇ ਬਾਕੀ ਜਿੱਥੇ ਰੱਬ ਨੇ ਇੰਨੀ ਦੂਰ ਭੇਜਤਾ ਤਾਂ ਉਹਨੇ ਤੁਹਾਡਾ ਸਾਰਾ ਹੀ ਲਵਸੀਲਾ ਕੀਤਾ ਹੀ ਹੈ, ਅਤੇ ਆਪਾਂ ਐਵੇਂ ਆਪਣਾ ਮੋਰਾਲ ਡਾਊਨ ਕਰੀ ਜਾਈਏ ਕਿ ਕੰਮ ਨਹੀਂ ਮਿਲਦਾ, ਇਹ ਨਹੀਂ ਵੋ ਨਹੀਂ, ਆਪਣਾ ਗੁਰੂ ਅੱਗੇ ਅਰਦਾਸ ਬੇਨਤੀ ਕਰੋ, ਸਾਰੇ ਕੰਮ ਹੁੰਦੇ ਆ। ਆਪਾਂ ਜੇ ਇੱਥੇ ਤੱਕ ਆ ਗਏ ਤਾਂ ਅਗਲੇ ਨੇ ਰੱਬ ਨੇ ਇਹ ਵੀ ਸੋਚਿਆ ਹੀ ਹੈ ਕਿ ਹੈ ਨਾ ਇਹ ਬੰਦੇ ਦੇ ਵਾਸਤੇ ਕੀ ਕਰਨਾ ਵਾ, ਅਤੇ ਹੁਣ ਇਹੀ ਗੱਲ ਆ ਕਿ ਐਵੇਂ ਆਪਣਾ ਮੋਰਾਲ ਨਾ ਡਾਊਨ ਕਰਿਆ ਕਰੋ ਕਿ ਹੈ ਨਾ ਵੀ ਕੰਮ ਨਹੀਂ ਹੈਗਾ ਅਤੇ ਕੁਛ ਨਹੀਂ ਹੈਗਾ, ਸਬਰ ਰੱਖਿਆ ਕਰੋ, ਹਰੇਕ ਕੰਮ ਮਿਲਦਾ ਵਾ, ਇੱਥੇ ਕੰਟਰੀ ਮਾੜੀ ਵੀ ਨਹੀਂ ਆ, ਹੈ ਨਾ ਵੀ ਕਹਿ ਸਕੀਏ। ਹਾਂ ਥੋੜ੍ਹੀਆਂ ਔਖਾਈਆਂ ਆਉਂਦੀਆਂ, ਹਰੇਕ ਨੂੰ ਆਉਂਦੀਆਂ, ਵੇਖਣੀਆਂ ਪੈਣੀਆਂ, ਸਟਾਰਟਿੰਗ 'ਚ ਵੇਖਣੀਆਂ ਪੈਣਾ, ਕਿਉਂਕਿ ਹੁਣ ਜਿਹੜੀ ਸਟੂਡੈਂਟ ਲਾਈਫ ਆ ਆਪਾਂ ਜੀਰੋ ਤੋਂ ਸਟਾਰਟ ਕਰਦੇ ਹਾਂ, ਆਪਣੇ ਕੋਲ ਇੰਡੀਆ ਸਾਰੇ ਰਿਸੋਰਸ ਹੈਗੇ ਆ, ਅਤੇ ਆਪਣਾ ਇੱਕ ਵਾਰੀ ਘਰ ਦੀ ਵੀ ਯਾਦ ਆਉਂਦੀ ਬੰਦੇ ਨੂੰ, ਉਹ ਵੀ ਚੀਜ਼ ਹੈਗੀ ਆ, ਪਰ ਆਪਣਾ ਬੰਦਾ ਡੋਲੇ ਨਾ, ਸਾਰੀਆਂ ਚੀਜ਼ਾਂ ਹੋਣਗੀਆਂ, ਬਸ ਆਪਾਂ ਘਾਬਰ ਜਾਂਦੇ ਛੇਤੀ। ਜਿਵੇਂ ਕਿ ਤੁਸੀਂ ਸੁਣਿਆ, ਮੁਸ਼ਕਿਲਾਂ ਇਸ ਵੇਲੇ ਬਹੁਤ ਆ ਰਹੀਆਂ ਨੇ, ਇਨਫਲੇਸ਼ਨ ਕਰਕੇ ਜਿਹੜੇ ਬੱਚੇ ਸਟਰਗਲ ਕਰ ਰਹੇ ਨੇ ਉਹ ਇਹੀ ਕਹਿ ਰਹੇ ਨੇ ਕਿ ਜੇ ਅਸੀਂ ਘਰੋਂ ਪੈਸੇ ਮੰਗਾਉਣ ਜੋਗੇ ਨਹੀਂ ਆ ਤਾਂ ਈਵਨ ਰੈਂਟ ਭਰਨਾ ਇਸ ਵੇਲੇ ਮੁਸ਼ਕਿਲ ਹੋ ਰਿਹਾ ਹੈ। ਕਮਿਊਨਿਟੀ ਨੂੰ ਅੱਗੇ ਸਟੈਪ ਅਪ ਕਰਨ ਦੀ ਲੋੜ ਹੈ, ਇਹਨਾਂ ਸਟੂਡੈਂਟਸ ਨੂੰ ਜੋਬਸ ਪ੍ਰੋਵਾਈਡ ਕਰਨ ਦੀ ਲੋੜ ਹੈ ਤਾਂ ਕਿ ਇਹ ਸਟੂਡੈਂਟ ਇਮੀਗ੍ਰੇਸ਼ਨ ਦਾ ਜਿਹੜਾ ਸਿਸਟਮ ਹੈ ਉਹ ਚੱਲਦਾ ਰਹੇ, ਕਿਉਂਕਿ ਹੁਣ ਸਟੂਡੈਂਟਸ ਡਿਸਇਲਿਊਜ਼ਨ ਹੋ ਰਹੇ ਨੇ। ਰੈੱਡ ਫੈਮਿਲੀ, ਮੈਂ ਹਾਂ ਇਸ਼ਰਤ ਸਿੰਘ।